हर लाइव का मतलब तमाशा नहीं, खबर का मतलब है एक भरोसा, और आपका भरोसा हमारी जिम्मेदारी है। तो हर का कौन लिया? हरदीप कौर जी, अज तुसी गैस पाउण आए सी पेट्रोल पंप ते, किवें ब्लास्ट होया? ਇਹ ਬਲਾਸਟ ਕਿਵੇਂ ਹੋਇਆ? ਗੈਸ ਕਿਵੇਂ ਫਟੀ? ਗੈਸ ਮੂਰਲੀ ਗੱਡੀ ਚ ਪੈ ਚੁੱਕੀ ਸੀ ਜੀ, ਸਾਡੀ ਗੱਡੀ ਦਾ ਤਾਂ ਹਲੇ ਮੂਹਰੋਂ ਟਾਪਾ ਹੀ ਚੱਕਿਆ ਸੀ ਜੀ। ਅਸੀਂ ਸਾਈਡ ਤੇ ਖੜੇ ਸੀ ਜੀ ਗੱਡੀ ਖੋਲ ਕੇ, ਤੇ ਉਹ ਮੂਹਰੋਂ ਬਸ ਅੱਗ ਪਈ ਜੀ, ਇਕਦਮ ਸੀਸੇ ਸੂਸੇ ਫੁੱਟ ਕੇ ਧੂੰਆਂ ਧਾਰ ਹੋ ਗਿਆ ਜੀ। ਕੋਈ ਬੰਦੇ ਮਰਨ ਦੀ ਸੰਭਾਵਨਾ? ਬੰਦਾ ਜਿਹੜਾ ਗੈਸ ਪਾ ਰਿਹਾ ਸੀ ਉਹਦੇ ਚਾਂਸ ਨੇ ਜੀ, ਬਾਕੀ ਦੋ ਜਣੇ ਦੇ ਸੱਟਾਂ ਨੇ ਜੀ ਜਿਹੜੇ ਸਾਡੀ ਗੱਡੀ ਦੇ ਨੇ। ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਮੂੰਹ ਤਾਂ ਬਲਾਡੇ ਦੇ ਆ ਜੀ, ਆਏ ਤਾਂ ਅਸੀਂ ਮੁਕਤਸਰ ਕੋਲ ਭੋਗ ਤੋਂ ਸੀ ਜੀ। ਨਾਮ ਹੈ ਜੀ? ਸੁਖਜਿੰਦਰ ਕੌਰ। ਸੁਖਜਿੰਦਰ ਜੀ, ਕੀ ਮਾਮਲਾ ਹੋਇਆ ਸਾਰਾ, ਕੀ ਗੱਲ ਹੋਈ? ਵੀਰੇ ਅਸੀਂ ਗੱਡੀ 'ਚ ਗੈਸ ਪਵਾ ਰਹੇ ਸੀ, ਮੂਹਰੇ ਗੱਡੀ ਗੈਸ ਵਾਲੀ ਖੜੀ ਸੀ ਅਤੇ ਮਾਂਗਰ ਆਪਣੀ ਸੀਗੀ, ਠੀਕ ਹੈ। ਮੂਰਲੀ ਗੱਡੀ 'ਚ ਗੈਸ ਪਾਤੀ ਸੀ ਅਤੇ ਮਾਂਗਰਲੀ 'ਚ ਪਾ ਰਹੇ ਸੀਗੇ ਉਹ, ਬਸ ਮਾਂਗਰਲੀ 'ਚ ਗੈਸ ਪਾਉਣ ਲੱਗੇ ਜਦੋਂ ਉਦੋਂ ਧਮਾਕਾ ਹੋਇਆ ਹੈਗਾ। ਧਮਾਕਾ ਕੀ ਹੋਇਆ ਨਹੀਂ ਪਤਾ ਹੀ ਨਹੀਂ ਲੱਗਿਆ ਵੀ ਕਿੱਧਰ ਜਾਈਏ ਅਤੇ ਕਿੱਧਰ ਨਾ ਜਾਈਏ। ਜਿਹੜਾ ਮੁੰਡਾ ਸੀ ਗੈਸ ਪਾ ਰਿਹਾ ਸੀ ਉਹ ਤਾਂ ਉੱਤੋਂ ਮਾਰਿਆ, ਵਗਾ ਕੇ ਥੱਲੇ ਨੂੰ ਆਇਆ ਤਾਂ ਵਿਚਾਰਾ, ਠੀਕ ਹੈ। ਅਤੇ ਚਾਰ ਫੱਟੜ ਹੋ ਰਹੇ ਨੇਗੇ ਆਪਣੇ। ਤੁਹਾਡੇ ਨਾਲ ਦੇ ਕਿੰਨੇ ਸੀਗੇ? ਸਾਡੇ ਨਾਲ ਤੇ ਦੋ ਨੇਗੇ। ਕਿੰਨੇ ਕੁ ਸੱਟਾਂ ਉਹਨਾਂ ਦੀ ਜੀ? ਉਹਨਾਂ ਦੇ ਥੋੜੀ, ਇੱਕ ਤੇ ਸਿਰ 'ਚ ਹੈਗੀ, ਇੱਕ ਤੇ ਲੱਤ 'ਤੇ ਹੈ ਜੀ, ਇੱਕ ਜਿਹੜੀ ਮੂਰਲੀ ਗੱਡੀ 'ਚ ਸੀ ਉਹਨਾਂ ਦੇ ਸਿਰ 'ਚ ਵੱਜੇ ਜਨਾਨੀ ਦੇ ਜੀ, ਉਹ ਨਾਲ ਦੀ ਨਾ ਫਟ ਗਏ, ਪਤਾ ਹੀ ਲੱਗਿਆ ਸਭ ਤੋਂ ਬਿਲਕੁਲ ਹੀ ਕਿ ਕਿਹ ਫਟੀ ਕਿਵੇਂ ਨਾ ਜੀ। ਇੰਨਾ ਧਮਾਕਾ ਹੋਇਆ, ਕਿੰਨੀਆਂ ਸੱਟਾਂ? ਧਮਾਕਾ ਬਹੁਤ ਵੱਡਾ ਹੋਇਆ ਜੀ, ਪਤਾ ਹੀ ਨਹੀਂ ਲੱਗਿਆ। ਦੋ ਬੰਦੇ ਉਹ ਬੀਬੇ ਹੋਸ ਅੱਗੇ ਡਿੱਗੇ ਸੀ ਬੈਠੇ, ਉਹ ਡੈਥ ਵੀ ਹੋ ਗਈ ਕਿਸੇ ਬੰਦੇ? ਹਾਂਜੀ, ਇੱਕ ਦੀ ਹੋ ਗਈ ਜੀ ਨਾਲ ਦੀ ਨਾਲ, ਇੱਕ ਦਾ, ਇੱਕ ਤਾਂ ਬਿਲਕੁਲ ਉੱਤੇ ਵੱਜ ਕੇ ਥੱਲੇ ਡਿੱਗਿਆ ਵਿਚਾਰਾ, ਇੱਕ ਦੇ ਸੱਟ, ਦੋ ਤੇ ਸੱਟ ਸੱਟ। ਹਰ ਲਾਈਵ ਦਾ ਮਤਲਬ तमाशा नहीं, खबर का मतलब है एक भरोसा, और आपका भरोसा हमारी जिम्मेदारी।